विधानसभा हलका अटारी तो श्रोमणी अकाली दल बादल अते बहुजन समाज पार्टी के सांझे उम्मीदवार गुलजार सिंह रणीके ने हलके विच चोन प्रचार किया अते चोणां विच लोकां दे समर्थन की अपील की। इस मौके पर कई लोग श्रोमणी अकाली दल बादल में शामिल हो गए, कई लोग इस मौके पर मौजूद सन। ਅਮਰੀਕਾ 'ਚ ਬੈਠੀ ਆ ਔਰ ਤੁਹਾਨੂੰ ਕੀ ਨਿਆਂ ਦਊਗਾ ਵੱਖ ਵੱਖ ਮੀਟਿੰਗਾਂ ਹੋਈਆਂ ਨੇ ਅੱਜ ਬਾਬਾ ਕਾਲਾ ਜੀ ਲੰਮੇ ਸਮੇਂ ਤੋਂ ਕਾਂਗਰਸ ਦੀ ਸੇਵਾ ਨਾਲ ਤਪ ਵੀ ਕਰਦੇ ਜਪ ਵੀ ਕਰਦੇ ਸੀ ਅਤੇ ਨਾਲ ਕਾਂਗਰਸ ਦੀ ਸੇਵਾ ਲੰਮੇ ਸਮੇਂ ਤੋਂ ਕਰਦੇ ਆ ਰਹੇ ਅਤੇ ਅੱਜ ਉਹ ਵੀ ਸਾਰੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਇਆ ਕਿਉਂਕਿ ਉਹਨਾਂ ਨੂੰ ਬਹੁਤ ਚੰਗਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਧਾਰਮਿਕ ਤੌਰ 'ਤੇ ਜਿਹੜੀਆਂ ਮਹਾਂਪੁਰਸ਼ਾਂ ਦੀਆਂ ਯਾਦਗਾਰਾਂ ਸੀ ਜਾਂ ਭਗਵਾਨ ਬਾਲਮੀ ਮਹਾਰਾਜ ਦੀ ਜਾਂ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦਾਂ ਦੀ ਜਾਂ ਹੋਰ ਸਾਰੀਆਂ ਉਹਨਾਂ ਨੂੰ ਵੀ ਸਮਰਪਿਤ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਬਾਲ ਸਾਹਿਬ ਰਹੇ। ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਵੀ ਇਹ ਧਾਰਮਿਕ ਤੌਰ 'ਤੇ ਵੀ ਅਤੇ ਜਿਹੜਾ ਆਰਥਿਕ ਤੌਰ 'ਤੇ ਵੀ ਜਿਹੜੀਆਂ ਜਿੰਨੀਆਂ ਸਕੀਮਾਂ ਗਰੀਬਾਂ ਦੀਆਂ ਬਣੀਆਂ ਉਸ ਵੇਲੇ ਬਣੀਆਂ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਆ। ਸਰਦਾਰ ਗੁਲਜਾਰ ਸਿੰਘ ਰਣੀਕੇ ਸਾਹਿਬ ਦਾ ਧੰਨਵਾਦ ਕਰਦੇ ਹਾਂ। ਅੱਜ ਸਾਡੇ ਇੱਥੇ ਤਕਰੀਬਨ 10 ਪਰਿਵਾਰ ਜਿਹੜੇ ਆ 10 ਕੀ ਰਹਿੰਦੇ ਸੀ ਇਸ ਕਲੋਨੀ ਦੇ ਜਿਹੜੇ ਕਾਂਗਰਸਨਾਂ ਸੀ ਉਹ ਸਾਰੇ ਸ਼ਾਮਿਲ ਹੋ ਗਏ। 90-95% ਜਿਹੜੀ ਆ ਇੱਥੇ ਜਿਹੜੀ ਵੋਟ ਆ ਅਸੀਂ ਰਣੀਕੇ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਹਾਂ। ਇਹਨਾਂ ਪੂਰਾ ਵਿਸ਼ਵਾਸ ਜੀ ਆਪਾਂ ਇਹਨਾਂ ਜਿਤਾਵਾਂਗੇ, ਪੂਰਾ ਸਹਿਯੋਗ ਦਾਂਗੇ, ਵੱਧ ਚੜ੍ਹ ਕੇ ਇਹਨਾਂ ਨਾਲ ਸਹਿਯੋਗ ਕਰਾਂਗੇ।